उस परमात्मा ने इस जीव के धर्म को पहला एक बहुत ही सजाई को चुकाना मिलती है। गुरु मत स्वन कछ ज्ञान न उपजिया
ਜਿਨ੍ਹਾਂ ਦਾ ਜੀਵਨ ਇੱਕ ਬਹੁਤ ਹੀ ਸ਼ਾਨਮਈ ਔਰ ਸੁਸ਼ੀਲ ਢੰਗ ਦੇ ਨਾਲ ਇਮਾਨਦਾਰੀ ਸ਼ਖਸੀਅਤ ਦੇ ਨਾਲ ਬਤੀਤ ਹੋਇਆ। ਸਾਰੀ ਪਾਰਟੀ ਤੁਹਾਡੇ ਨਾਲ ਹੋਇਆ, ਸਾਡੇ ਲੋਕ ਸਾਰੇ ਤੁਹਾਡੇ ਨਾਲ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਪਾਰਟੀ ਨੂੰ ਦਿੱਤਾ। ਆਓ ਅਸੀਂ ਸਾਰੇ ਮਿਲ ਕੇ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰੀਏ, ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਣਾ ਅਤੇ ਪਿੱਛੋਂ ਪਰਿਵਾਰ ਨੂੰ ਪਣ ਮੰਨਣ ਦਾ ਬਲ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਔਰ ਜੋ ਇਹ ਬੇਨਤੀ ਕਰਨਾ ਕਿ ਵਿਛੜੀ ਹੋਈ ਆਤਮਾ ਨੂੰ ਸਦੀਵੀ ਕਾਲ ਲਈ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਸਕੇ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸਮੁੱਚੀ ਸੰਗਤ ਨੇ ਅਰਦਾਸ ਵੀ ਕੀਤੀ ਹੈ। ਸੰਬਦ ਸਾਹਾ ਲਿਖਿਆ, ਮਿਲਕਰ ਪਾਪੋ ਤੇਲ ਦੇਹੋ ਸੱਜਣ ਅੱਸੀ ਸੜੀਆਂ, ਜੋ ਹੋਵੇ ਸਾਹਿਬ ਸੋ ਮੇਲ ਭੁੱਲਾਂ ਚੁੱਕਾ ਦੀ ਜੀਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਮਾਜ ਨੂੰ ਇਸ ਤਰ੍ਹਾਂ ਵਧੀਆ ਆਪਣਾ ਜੀਵਨ ਬਿਤਾਇਆ, ਸਮਾਜ ਵਿੱਚ ਰਹਿ ਕੇ ਔਰ ਸਮਾਜ ਨੂੰ ਕੰਮ ਕੀਤਾ। ਮੈਂ ਪ੍ਰਭੂ ਦੀ ਬੇਨਤੀ ਕਰਦਾ ਕਿ ਇਸ ਵਿਸ਼ਲੀ ਰੂਹ ਨੂੰ ਆਪਣੇ ਚਰਨਾਂ ਨੂੰ ਵਾਸ ਦੇਣਾ, ਕਿਸੇ ਪਰਿਵਾਰ ਨੂੰ ਇਸ ਭਾਰਾ ਮਿਲਣ ਦਾ ਮੈਂ ਰੱਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਉਹਨਾਂ ਦਾ ਚਲੇ ਜਾਣਾ ਸਮਾਜ ਨੂੰ ਬਹੁਤ ਵੱਡਾ ਘਾਟਾ ਹੈ। ਬੱਚਿਆਂ ਨੂੰ ਇਹ ਆਸ਼ੀਰਵਾਦ ਹੈ ਕਿ ਸਮਾਜ ਦੇ ਕੰਮ ਦੇ ਵਾਸਤੇ ਕੁਝ ਤਾਂ ਉਹ ਕਰਨ ਦਾ ਅਜੇ ਧੋਣ ਕੇ ਸੰਕਲਪ ਕਰਨ ਕਿ ਅਸੀਂ ਪਿਤਾ ਜੀ ਦੇ ਪਦ ਚਿੰਨ੍ਹ 'ਤੇ ਚੜ੍ਹਨਾ ਹੈ। ਇਹ ਅਰਦਾਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਉੱਧਰ ਚਲਾ ਗਿਆ, ਉਹਨਾਂ ਦੇ ਦਿਲ 'ਤੇ ਕੀ ਬੇਨਤੀ ਆ ਜੀ? ਉਹਦੇ ਭੈਣਾਂ ਕੋਲੋਂ ਪੁੱਛੀਏ ਤੇ ਉਹਨਾਂ ਦੇ ਦਿਲ 'ਤੇ ਕੀ ਬੇਨਤੀ ਹੈ? ਤੇ ਸਾਹ ਸਕਤ ਜੀ ਨੂੰ ਟਾਈਮ ਬਹੁਤ ਥੋੜ੍ਹਾ, ਕਿਉਂਕਿ ਸ਼ਰਧਾ ਦੇ ਫੋਨ ਭੇਟ ਕਰਨ ਵਾਸਤੇ ਬਹੁਤ ਸ਼ਰਧਾ ਆਈ ਹੋਈ ਨੇ। ਮੈਂ ਇਹਨਾਂ ਨੂੰ ਬੇਨਤੀ ਕਰਦਾ ਹੋਇਆ ਕਿ ਉਹਨਾਂ ਦਾ ਇਜਾਜ਼ਤ ਕਰ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਮਹਾਰਾਜ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਜਣ ਮੇਰੇ ਰੰਗ ਮੇਰੇ।
Thank you.
ਬਾਬਾ ਫਰੀਦ ਜੀ ਬਖਸ਼ਕਰ ਕਿਰਤ ਤਿਹਾੜ ਦੇ ਧਰਮ ਦੇ ਸਾਰੇ ਜਿਹੜੇ
Thank you.
ਕਰਦਾ ਟੁੱਟਾ ਘਰ ਦੇ ਉੱਪਰ ਜਿਹੜੀਆਂ ਜੋ ਕਰੋੜ ਕਠੋਰ ਹੈ ਤੇ ਵਹਿਦਾ ਸਤਿਗੁਰ ਬਾਦ
ਕਿਉਂ ਨਹੀਂ ਸਾਡੇ ਅੰਦਰ ਪ੍ਰੇਮ ਕਰਦਾ, ਕਿਉਂ ਨਹੀਂ ਬਹਾਦਰ ਬਣਦੇ? ਕਿਉਂਕਿ ਅਸੀਂ ਬਾਣੀ ਮੁਤਾਬਕ ਵਸਾਇਆ ਵਸਾਇਆ ਕੋਈ ਵੀ, ਅਸੀਂ ਸਿਰਫ ਆਪਣੇ ਅੰਦਰ ਬਾਣੀ ਦੁਆਰਾ ਆਹਾਰ ਪ੍ਰਦਾਨ ਕੀਤਾ। ਸਭ ਤੋਂ
ਲੋਕਾਂ ਦਾ ਸਾਥ ਦੇ ਰਹੇ ਹਨ। ਦੇਖ ਦੇ ਪਤੇ ਦਰਦ ਕੀ ਪੈਰ ਪੰਥ ਕੀ ਜੀ
ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਗੁਰਬਾਰੇ ਪ੍ਰਭ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਹ ਦਾਨ ਕਹਿ ਦਾਨ ਵੇਗ ਦਾਨ ਸਾਦਾਨ ਭਰੋਸਾ ਦਾਨ ਦਾਨਾ ਸਹਿਦਾਨ ਰਾਮ ਦਾਨ ਸ੍ਰੀ ਅੰਮ੍ਰਿਤਸਰ ਸ਼ਿਸ਼ਨਾਨ ਚੌਂਕੀਆਂ ਝੰਡੇ ਦੁਬੇ ਦੁਰੋਧ ਬਰਬਾਦ ਧਰਮ ਕਰ ਜਗਾ ਪ੍ਰਭ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਦ ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਿਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰੂ ਧੰਮਾਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸਮਾਧਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਦੀਵਾਨਿਆਂ ਦੇ ਮਾਤਾਰਿਆਂ ਦੇ ਸੰਚਾਰ ਜੀ ਮੇਰੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਆਪ ਦੀ ਕੁਰਬਾਨੀ ਦੇ ਅਸੀਂ ਵੀ ਕਿਹਾ ਇਹਾ ਹੁਕਮ ਕਮਾਏ ਕਦੇ ਨਾ ਬਿਨਾਂ ਕਾ ਸਦੇ ਜੀਵਨ ਦੇ ਉਤਵਾਰ ਸਦਾ ਕਾਸ਼ਨ ਕਾ ਪੀ ਦਰ ਕਰਦੇ ਸੇ ਸਦਾ ਬਦੇਵ ਸਿੰਘ ਜੀ ਮੈਂ ਦੁਆਰ ਵਿੱਚ ਬਸ਼ਕਾਰ ਭੂਮੀ ਸਮਾਜ ਦੀ ਯਾਤਰਾ ਕਰਦਾ ਆਰਾਧਨਾ ਕਰ ਰਿਹਾ ਹਾਂ ਉਹਨਾਂ ਦੀ ਆਤਮ ਸ਼ਾਂਤੀ ਦੇ ਬਿਲਕੁਲ ਸਮੂਹ ਪਰਿਵਾਰ ਦੇ ਵਿੱਚ ਹੋ ਗਈ ਬਜਾਜ ਨਾ
अपने घर के आमी आके श्री गुरु वास्ते अरदास हैं। गुरु महाराज कृपा करे कि उस गुरु को अपने चरणा से निवास बख्शिश करे, पिछले परिवार को पाना मन की आदत के प्रति समर्थ बख्शिश करे। मैं जे सरदार अदेव सिंह के जीवन वाल जावा तो शायद बड़ी बड़ी कथनी हो जाएगी। एक बहुत ही ईमानदार, एक बहुत ही शरीफ इंसान जिसका आज तक असी किसी तरह का भी कुछ बोल या किसी का नजायज करते नहीं देखा। उची सुची कमाई का करता करता अज यही कारण है कि वेखो कि संघ उस ऋषि गुरु वास्ते एकत्र हो गया। मैं जो कि सरदार प्रदीप सिंह जी बैंस जिन्होंने अपना जीवन राजनीतिक एक्टिविटी के भी लंबा अर्सा काम किया, आज बीजेपी दी हाईकमान अपने और सिपाही वास्ते और श्री गुरु जिसने बीजेपी के वास्ते दिन रात मेहनत की थी लाख पार मेरा ख्याल है 27-28 साल का हूँ। और आज वो श्री गुरु समर्थक हाई कमांड की पहुंची है। साढ़े इलाके से मेरे बहुत ही सत्कारयोग पिता समान श्री साता जी गुसाई उस पिछड़ी गुरु वास्ते श्रद्धा के फुल भेट करने लिए पहुंचे हैं। मैं उन्होंने प्रबंधक कमेटी वालों बैंस परिवार वालों बहुत ही धन्यवाद करता हूँ। उपरंत श्री गुरुदेव शरणा जी देवी साहब मैं उन्होंने भी बहुत ही धन्यवाद करता हाँ। वो भी श्री गुरु वास्ते दस्तार लैके बड़ा मान है, दस्तार लैके हाजिर हुए हैं। मैं देवी जी का उन्होंने समूची टीम का बहुत ही बैंस परिवार वालों प्रबंधक कमेटी वालों भी बहुत धन्यवाद करता हाँ। कुछ शोक समाज पत्र आए हैं, सरदार तरसेम सिंह जी भिंडर वालों शोक पत्र है, श्री दीपक सूर जी मेरे वीर और फटाका जी पहुंचे हैं। और श्री गुरु श्रद्धा के फुल भेट करने वास्ते उन्होंने भी बहुत धन्यवाद है। गुरप्रीत सिंह जी लाजू जिन्हें पिछले एमसी का इलेक्शन भी लड़ा है, कौन हर बचा है, कदरदान है, उसको पता है कि बलदेव सिंह जी ने बहुत काम किया है, एक पहचान है, वर्कर की कदर है। भारतीय जनता पार्टी वालों मैं सोची टीम का बार बार धन्यवाद करता हाँ। गुरदीप सिंह जी जीतू आप जानते हो कि इलेक्शन चल रहे हैं, कुछ मेरे वीर राजनीतिक नेता जिन्हें आप नहीं आ सके उन्होंने शोक पत्र भेजे हैं, उन्होंने भी बहुत ही धन्यवाद है। गुरदीप सिंह जी गोशा उन्होंने वालों भी शोक पत्र आया, रणजीत सिंह जी ढिलो उन्होंने वालों भी शोक पत्र आया है, उन्होंने सारे का बहुत धन्यवाद है। अश्विनी टंडन जी कोई श्री गुरु वास्ते श्रद्धा के फुल भेट करने वास्ते पहुंचे हैं, मैं उन्होंने बहुत धन्यवाद करता हाँ। राष्ट्रीय स्वयं सेवक संघ लुधियाना वालों भी शोक बताया है, परिवार वालों गुरुद्वारा प्रबंधक कमेटी वालों इन्होंने सारे
ਸੁਭਾਗਾਂ ਦਾ, ਸਾਰੇ ਮੇਰੇ ਵੀਰਾਂ ਦਾ, ਰਾਜਨੀਤਿਕ ਨੇਤਾਵਾਂ ਦਾ, ਆਈਆਂ ਸੰਗਤਾਂ ਦਾ ਅਤੀ ਧੰਨਵਾਦ ਹੈ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਉਹ ਵੀ ਸ੍ਰੀ ਗੁਰੂ ਦੇ ਅੰਦਰ ਆਪਣੀਆਂ ਅਰਦਾਸਾਂ ਅਤੇ ਭਟਾਵਾਂ ਕੀਤੀਆਂ ਹਨ। ਹੁਣ ਮੈਂ ਬੇਨਤੀ ਕਰਾਂਗਾ ਸ੍ਰੀ ਸਾਹਿਬਾਂ ਜੀ ਗੁਸਾਈ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਬੱਚੇ ਨੂੰ ਸ਼ਰਧਾ ਦੇ ਫੁੱਲ ਖੇਡ ਕਰਨ। ਸ੍ਰੀ ਸਾਹਿਬਾਂ ਜੀ ਗੁਸਾਈ ਵਾਹਿਗੁਰੂ ਜੀ ਕਾ ਖਾਲਸਾ। ਅੱਜ ਅਸੀਂ ਉਸ ਮਹਾਨ ਸ਼ਖਸ ਦੇ ਨਾਲ ਸਮੇਂ ਲਾ ਕੇ ਇੱਕ ਇਮਾਨਦਾਰ ਪਾਰਟੀ ਦੇ ਨਾਲ ਔਰ ਮੇਰੀ ਭੈਣ ਨਿੰਦਰ ਕੌਰ ਦੇ ਕਮਾਉਣ ਇਹ ਬੱਚੇ ਬੜੇ ਹੋਣ ਆਇਆ ਗੁਰਦੇਵ ਸਿੰਘ ਜੀ, ਤੇਜ ਸਿੰਘ ਜੀ, ਇਹਨਾਂ ਭਰਾ ਹਿੰਮਤ ਸਿੰਘ ਜੀ, ਸਾਰੀ ਅੱਛੀ ਭੈਣ ਮੈਂ ਸਮਝਦਾ ਵੀ ਅੱਛਾ ਇਨਸਾਨ ਪਾਰਟੀ ਨੂੰ ਮਿਲਦਾ ਬੜਾ ਹੋ। ਔਰ ਅੱਜ ਅਸੀਂ ਪਾਰਟੀ ਵਾਲੇ ਸਾਰੇ ਲੋਕ ਬੈਠੇ ਹਾਂ, ਅੱਜ ਕਰਦਾ ਸੀ ਔਰ ਮੈਂ ਸਮਝਦਾ ਵੀ ਅੱਜ ਸਾਡੇ ਕਾਕਾ ਵਿਪਲ ਸੂਰ ਵੀ ਬੈਠੇ ਹੈ ਔਰ ਵੀ ਸਾਰੇ ਕਈ ਲੋਕ ਬੈਠੇ ਹੈ, ਗੁਰਦੇਵ ਸਿੰਘ ਵੀ ਬੈਠੇ। ਮੈਂ ਸਮਝਦਾ ਕਿ ਪੀੜਾ ਸਭ ਨੂੰ ਅੱਛੇ ਇਨਸਾਨ ਦੀ ਪੀੜਾ ਬਹੁਤ ਜ਼ਿਆਦਾ ਹੁੰਦੀ ਹੈ ਔਰ ਇੱਕ ਘਰਦਿਆਂ ਦੇ ਘਾਟ ਪਈ ਹੈ, ਇੱਕ ਸਮਾਜ ਨੂੰ ਬੜਾ। ਮੈਂ ਐਸੀ ਰੂਹ ਜਿਹੜੀ ਹੈ ਗੁਰੂ ਸਾਹਿਬ ਆਪਣੇ ਚਰਨਾਂ 'ਚ ਵਾਰ ਦੇਗੀ, ਕਿਉਂਕਿ ਅੱਛਾ ਇਨਸਾਨ ਹੈ, ਕੋਈ ਉਹਦੇ ਸੱਚਾ ਸੱਚਾ ਆਦਮੀ ਨਹੀਂ, ਇਨਸਾਨ ਇਮਾਨਦਾਰ ਖੁਸ਼ੀ ਸ਼ਾਮਲ ਹੋਣਾ ਖੁਸ਼ੀ ਵਧਦੀ। ਅੱਜ ਅਸੀਂ ਦੁੱਖ ਦੇ ਨਾਲ ਸ਼ਰੀਕ ਹੁੰਦੇ ਐਸੇ ਇਨਸਾਨ ਦੇ ਨਾਲ, ਸਾਰੀ ਫੈਮਿਲੀ ਦੇ ਨਾਲ ਅਸੀਂ ਨਾਲ ਹੈ। ਕੋਈ ਤਕਲੀਫ ਹੋਵੇ ਸਾਰੀ ਪਾਰਟੀ ਤੁਹਾਡੇ ਨਾਲ ਹੈ, ਸਾਡੇ ਲੋਕ ਸਾਰੇ ਤੁਹਾਡੇ ਨਾਲ ਹੈ। ਸਭ ਦਾ ਮੈਂ ਸਮਝਦਾ ਜਿਹੜੇ ਆਏ ਲੋਕ ਨੇ ਉਹਨਾਂ ਦਾ ਬਹੁਤ ਭਾਰੀ ਆ ਕਿ ਐਸੇ ਨੇਕ ਇਨਸਾਨ ਨੇਕ ਰੂਹ ਨੇ ਸਾਰੇ ਹਾਜ਼ਰੀ ਵਾਲੀ ਹੈ। ਉਹਨਾਂ ਸਭ ਦਾ ਬਹੁਤ ਧੰਨਵਾਦ ਕਰਦਾ, ਗੁਰੂ ਸਾਹਿਬ ਸਾਨੂੰ ਸਾਰਿਆਂ ਨੂੰ ਖੁਸ਼ ਕਰਨ। ਵਾਹਿਗੁਰੂ ਦਾ ਖਾਲਸਾ ਅਤੇ ਵਾਹਿਗੁਰੂ। ਇਹਨਾਂ ਸਵਾਲਾਂ ਨੂੰ ਹਮੇਸ਼ਾ ਹਿਰਦੇ 'ਚ ਰੱਖਿਆ ਹੈ, ਮੈਂ ਉਹਨਾਂ ਦਾ ਬਹੁਤ ਧੰਨਵਾਦ ਹਾਂ, ਧੰਨਵਾਦੀ ਹਾਂ। ਹੁਣ ਮੈਂ ਬੇਨਤੀ ਕਰਾਂਗਾ ਕਿ ਗੁਰਦੇਵ ਜੀ ਦੇਵੀ ਸਾਹਿਬ ਨਾਲੇ ਦਸਤਾਰ ਦੇਣ ਅਤੇ ਨਾਲ ਉਸ ਵਿੱਚ ਸ੍ਰੀ ਗੁਰੂ ਦੇ ਨਿਮਿਤ ਚੜ੍ਹਦਾ ਦੇ ਫੁੱਲ ਭੇਟ ਕਰਨ। ਉਹਦੇ ਨਾਲ ਮੈਂ ਬੇਨਤੀ ਕਰਾਂ ਸ੍ਰੀ ਸੰਤਾ ਜੀ ਸਗੜ ਜੀ ਵੀਰ ਪ੍ਰਧਾਨ ਬੀਜੇਪੀ ਜ਼ਿਲ੍ਹਾ ਲੁਧਿਆਣਾ ਤੋਂ ਵੀ ਪਹੁੰਚੇ ਹਨ, ਉਹਨਾਂ ਦਾ ਵੀ ਬਹੁਤ ਹੀ ਧੰਨਵਾਦ ਹੈ। ਯੋਗੇਸ਼ ਚੌਹਾਨ ਜੀ, ਮੰਡਲ ਪ੍ਰਧਾਨ ਜੀ, ਉਹ ਵੀ ਸ੍ਰੀ ਗੁਰੂ ਸੰਤਾ ਦੇ ਫੁੱਲ ਭੇਟ ਕਰਨ ਵਾਸਤੇ ਪਹੁੰਚੇ ਹਨ, ਉਹਨਾਂ ਦਾ ਵੀ ਧੰਨਵਾਦ ਕਰੋ।
ਉਹਦਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਧੰਨਵਾਦ ਹੈ। ਸੋ ਸਾਡੀ ਸਰਬੰਧ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਡੇ ਸਰਦਾਰ ਬਲਦੇਵ ਸਿੰਘ ਬੈਂਸ ਜੀ ਦੇ ਸੁੱਖ ਸਭਾ 'ਚ ਬੈਠੇ ਹਾਂ। ਸਰਦਾਰ ਬਲਦੇਵ ਸਿੰਘ ਜੀ ਬਾਰੇ ਦਸਾਈ ਜੀ ਨੇ ਜਦੋਂ ਦੱਸਿਆ ਕਿ ਪਿਛਲੇ 25-30 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਰਹੇ, ਦਿਨ ਰਾਤ ਪਾਰਟੀ ਦੀ ਸੇਵਾ ਕਰਦੇ ਰਹੇ, ਸਮਾਜ ਦੀ ਸੇਵਾ ਕਰਦੇ ਰਹੇ, ਔਰ ਪਿੱਛੇ ਅਚਾਨਕ ਕੁਛ ਐਸੀ ਬਿਮਾਰੀ ਨੇ ਘੇਰ ਲਿਆ ਜਿਸ ਦਾ ਸਾਰੇ ਪਰਿਵਾਰ ਨੇ, ਬੱਚਿਆਂ ਨੇ ਬਹੁਤ ਇਲਾਜ ਕਰਾਇਆ, ਪਰ ਕੁਦਰਤੀ ਪਰਮਾਤਮਾ ਦਾ ਭਾਣਾ ਸੀ, ਅਸੀਂ ਉਹਨਾਂ ਨੂੰ ਬਚਾ ਨਹੀਂ ਸਕੇ। ਮੈਂ ਐਸੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਨਮਨ ਕਰਨਾ, ਪਰਮਾਤਮਾ ਦੇ ਅੱਗੇ ਸਿਰ ਝੁਕਾਉਣਾ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਪਾਰਟੀ ਨੂੰ ਦਿੱਤਾ। ਆਓ ਅਸੀਂ ਸਾਰੇ ਮਿਲ ਕੇ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰੀਏ, ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਣਾ ਅਤੇ ਪਿੱਛੋਂ ਪਰਿਵਾਰ ਨੂੰ ਪਣ ਮੰਨਣ ਦਾ ਬਲ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸੋ ਮੈਂ ਬੇਨਤੀ ਕਰਾਂ ਸਰਦਾਰ ਬਲਦੇਵ ਸਿੰਘ ਦੇ ਲੜਕੇ ਬੱਚੇ ਵੱਡੇ ਜੋ ਹਨ ਗੁਰਪ੍ਰੀਤ ਸਿੰਘ ਜੀ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਦਸਤਾਰ ਸਤਿਕਾਰ ਦਿੱਤਾ ਜਾ ਰਿਹਾ ਹੈ। ਬੋਲੇ ਸੁਣ ਰਿਹਾ ਭੇਟ ਕਰਨ ਵਾਸਤੇ ਪਹੁੰਚੇ ਹਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਵੱਡੇ ਵੀ ਸਰਦਾਰ ਬਲਦੇਵ ਸਿੰਘ ਬੈਂਸ ਜੀ ਅੰਤਿਮ ਅਰਦਾਸ ਸ਼ਾਮਲ ਸਮੂਹ ਗੁਰੂ ਕੀ ਸਾਧ ਸੰਗਤ ਦੀ ਉਹ ਪਤੇ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਜੀ ਨੇ ਲਿਖਿਆ, ਤੇਹਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਸਭ ਦੇ ਉਚਾਏ ਦੇ ਮਹਾਂਮਹਾਂ ਅਨੁਸਾਰ। ਸਾਡੇ ਸਾਰਿਆਂ ਦੇ ਸਤਿਕਾਰਯੋਗ ਸਰਦਾਰ ਬਲਦੇਵ ਸਿੰਘ ਜੀ ਬੈਂਸ, ਜੋ ਕੁਝ ਦਿਨ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਸਨ, ਸਾਰੇ ਨਵੇਂ ਤਾਪਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ। ਬਲਦੇਵ ਸਿੰਘ ਬੈਂਸ ਜੀ ਮੇਰੇ ਧੜ ਜਰਨੈਲ ਸਨ, ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਇਸ ਇਲਾਕੇ ਦੇ ਵਿੱਚ ਆਪਣੇ ਖੂਨ ਨੂੰ ਪਸੀਨੇ ਦੇ ਰੂਪ ਵਿੱਚ ਵਹਾ ਕੇ ਇੱਥੇ ਖੜਾ ਕੀਤਾ। ਹਰ ਇੱਕ ਸੰਘਰਸ਼ ਦੇ ਵਿੱਚ, ਲੜਾਈ ਦੇ ਵਿੱਚ ਪਾਰਟੀ ਨੂੰ ਉੱਪਰ ਲਿਜਾਉਣ ਦੇ ਲਈ ਉਹਨਾਂ ਨੇ ਆਪਣਾ ਜੀਵਨ ਬਲਿਦਾਨ ਕੀਤਾ, ਆਪਣੇ ਦੋਨੋਂ ਬੱਚਿਆਂ ਨੂੰ ਵਧੀਆ ਪਰਵਰਿਸ਼ ਕੀਤੀ ਅਤੇ ਆਪਣੇ ਆਪ ਨੂੰ ਸਮਾਜ ਦੀ ਸੇਵਾ ਦੇ ਨੂੰ ਸਮਰਪਿਤ ਕੀਤਾ। ਮੈਂ ਉਸ ਪਿਛੜੀ ਰੂਹ ਨੂੰ ਆਪਣੇ ਵੱਲੋਂ, ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ, ਸੁਰਤੀ ਸੰਗਤ ਵੱਲੋਂ ਸ਼ਰਧਾ ਅਤੇ ਸਤਿਕਾਰ ਅਤੇ ਫੁੱਲ ਭੇਟ ਕਰਦਾ। ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਜੋ ਇਹ ਬੇਨਤੀ ਕਰਦਾ ਕਿ ਪਿਛੜੀ ਹੋਈ ਆਤਮਾ ਨੂੰ ਸਦੀਵੀ ਕਾਲ ਲਈ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਸਕੇ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸਮੁੱਚੀ ਸੰਗਤ ਨੇ ਅਰਦਾਸ ਵੀ ਕੀਤੀ ਹੈ। ਸੰਗਤ ਸਾਹਾ ਲਿਖਿਆ, ਬਿਲਕੁਲ ਪਾਪੋ ਤੇਲ ਦੇਹੋ ਸੱਜਣ ਅੱਸੀ ਛੜੀਆਂ, ਜੋ ਹੋਵੇ ਸਾਹਿਬ ਸੋ ਮੇਲ ਭੁੱਲਾਂ ਚੁੱਕਾ ਦੀ ਜਮਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਅੱਜ ਸਾਡੇ ਸੋਹਣੇ ਜੀ ਬਲਦੇਵ ਸਿੰਘ ਬੈਂਸ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਇਕੱਠੇ ਹੋਏ ਹਾਂ। ਬਲਦੇਵ ਸਿੰਘ ਬੈਂਸ ਜੀ ਜਿਹੜੇ ਪਾਰਟੀ ਦੇ ਸਾਡੇ ਨਾਲ ਜਰਨੈਲ ਸਨ, ਪਿਛਲੇ 25-30 ਸਾਲਾਂ ਦਾ ਮੇਰਾ ਉਹਨਾਂ ਦਾ ਰਾਬਤਾ ਸੀ। ਉਹ ਪਾਰਟੀ ਦੀ ਬੜੀ ਹੁੱਕ ਮਾਰ ਕੇ ਕੰਮ ਕਰਦੇ, ਔਰ ਸਵਾਸ ਸੇਵਾ ਵੀ ਕਰਦੇ ਸੀ, ਨਾਲ ਆਪਣੇ ਪਰਿਵਾਰ ਵੀ ਪਾਲਦੇ ਸਨ। ਉਹਨਾਂ ਨੇ ਪਾਰਟੀ ਦੀ ਹਰ ਮੋਰਚੇ 'ਤੇ ਜੋ ਜ਼ਿਆਦਾ ਲਾ ਕੇ ਕੰਮ ਕੀਤਾ, ਹਮੇਸ਼ਾ ਅਨੁਭਵ ਦੇ ਮੇਰੇ ਨਾਲ ਜਦੋਂ ਮੈਂ ਇੱਥੇ ਇਸ ਇਲਾਕੇ 'ਚ ਆਉਂਦਾ ਸੀ, ਉਹ ਮੇਰੇ ਨਾਲ ਰਾਬਤਾ ਰੱਖਦੇ ਸੀ, ਹਰ ਮੈਂ ਪਾਰਟੀ ਦੇ ਕੁੱਤਾ ਪਾਰਟੀ ਬਸ ਮੇਰੇ ਗੱਲਾਂ ਕਰਦੇ ਸੀ। ਅੱਜ ਸਮਾਜ ਦੇ ਪੱਖੇ ਦੱਸਦਾ ਕਿ ਉਹਨਾਂ ਨੇ ਸਮਾਜ ਲਈ ਇਸ ਤਰ੍ਹਾਂ ਵਧੀਆ ਆਪਣਾ ਜੀਵਨ ਗੁਜ਼ਾਰਿਆ, ਸਮਾਜ ਵਿੱਚ ਰਹਿ ਕੇ ਔਰ ਸਮਾਜ ਲਈ ਕੰਮ ਕੀਤਾ। ਮੈਂ ਪ੍ਰਭੂ ਤੋਂ ਬੇਨਤੀ ਕਰਦਾ ਕਿ ਇਸ ਵਿਸ਼ਰੀ ਰੂਹ ਨੂੰ ਆਪਣੇ ਚਰਨਾਂ ਨਿਵਾਸ ਦੇਣਾ, ਕਿਸੇ ਪਰਿਵਾਰ ਨੂੰ ਇਸ ਭਾਰਾ ਮਿਲਣ ਦਾ ਮੈਂ ਰੁਕਦਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਰਬਦੇਵ ਸਿੰਘ ਜੀ ਨਾਲ ਮੇਰਾ ਬਚਪਨ ਤੋਂ ਸਾਥ, ਗਰਾਊਂਡ ਦੇ ਵਿੱਚ ਖੇਡਣਾ ਕਬੱਡੀ ਖੇਡਣ ਵਾਸਤੇ, ਕਿਉਂਕਿ ਸੰਘ ਨਾਲ ਜੁੜੇ ਹੋਏ ਸੀਗੇ, ਕਾਲਜ ਜਾਣਾ ਬੱਚਿਆਂ ਨਾਲ, ਸਰਬਦੇਵ ਸਿੰਘ ਨਾਲ ਰੂਟ ਮਾਰਚ ਨਿਕਲਣਾ, ਰੂਟ ਮਾਰਚ ਕੌਣ ਆ ਜਾਣਾ, ਸੁਹਾਗੀ ਰੂਟ ਮਾਰਚ ਕਿੱਥੋਂ ਨਿਕਲਣਾ, ਦੱਸਣਾ ਕਿ ਅੰਗਰੇਜ਼ੀ ਤੋਂ ਨਿਕਲਦੇ ਆ, ਅੱਜ ਸੁਭਾਸ਼ ਨਗਰ ਤੋਂ ਨਿਕਲਦੇ ਆ, ਅੱਜ ਛੋਟੀ ਸ਼ਾਖਾ ਤੋਂ ਨਿਕਲਦੇ ਆ, ਇਹੋ ਜਿਹੇ ਸਕ੍ਰਿਯ ਕਾਰਜਕਰਤਾ ਤਾਂ ਬਹੁਤ ਘੱਟ ਹੈ। ਸਾਡੇ ਨਗਰ ਘਰਵਾਲ ਸ੍ਰੀ ਸੁਰਿੰਦਰ ਜੀ ਮਹਾਰਾਜ ਬੈਠੇ ਨੇ, ਅਨਿਲ ਜੀ ਬੈਠੇ ਨੇ, ਮੈਨੂੰ ਪਤਾ ਲੱਗਿਆ, ਪਹਿਲੇ ਦਿਨ ਪਤਾ ਨਹੀਂ ਲੱਗ ਸਕਿਆ, ਜਦੋਂ ਪਤਾ ਲੱਗਿਆ ਤੁਰੰਤ ਬੜਾ ਸ਼ੌਕ ਲੱਗਿਆ, ਇਹੋ ਜਿਹੇ ਸਕ੍ਰਿਯ ਕਾਰਜਕਰਤਾ, ਸਮਰਪਿਤ ਕਾਰਜਕਰਤਾ, ਆਪਣਾ ਟਾਈਮ ਹੈ ਨਹੀਂ ਹੈ, ਸੂਚਨਾ ਆ ਗਈ ਸੰਘ ਦਾ ਇਹ ਕਾਰਜਕ੍ਰਮ ਹੈ, ਆਪ ਤਾਂ ਬਹੁਤ ਨਹੀਂ ਪੁੱਛਣਾ, ਕਿਸਨ ਸਰਦਾਰ ਵੀ ਹੋਰ ਹੈ, ਸਬਜ਼ੀ ਵਾਲੇ ਸਰਦਾਰ ਵੀ ਸੁਦਿੰਦਰ ਹੈ, ਉਹਨਾਂ ਨੇ ਪੂਰੇ ਵਿਸ਼ਵਾਸ ਕੇ ਨਾਲ ਲਿਆ, ਗਰੀਬ ਦਾਸ ਨੂੰ ਪ੍ਰੇਰਨਾ ਦੇਣੀ, ਆਪਾਂ ਸਲੋਕਰਾ ਜੀ ਬੈਠੇ ਇਹਨਾਂ ਨੂੰ ਪ੍ਰੇਰਨਾ ਦੇਣੀ, ਕਿਰਾਨ ਸਭ ਨੂੰ ਨਾਲ ਲੈ ਕੇ ਸਾਨੂੰ ਸ਼ਾਖਾ ਪਹੁੰਚਣ ਵਾਲੇ ਸਕ੍ਰਿਯ ਕਰਤਾ ਕਾਰਜਕਰਤਾ ਸੀਗੇ, ਸੰਸਕਾਰਿਤ ਸੀਗੇ, ਤਾਂ ਮੈਂ ਅੱਗੇ ਉਹਨਾਂ ਦੇ ਬੱਚਿਆਂ ਨੂੰ ਕਹਾਂਗਾ ਕਿ ਬਾਹਰ ਤੋਂ ਬਾਹਰ ਸ਼ਾਖਾ ਵਿੱਚ ਜ਼ਰੂਰ ਆ ਜਾਂਦੇ ਕਰੋ, ਕਿਉਂਕਿ ਸ਼ਾਖਾ ਦੇ ਵਿੱਚ ਨਾ ਜੀਵਨ ਨੂੰ ਇੱਕ ਟੈਂਪਰ ਦਿੱਤਾ ਹੈ, ਲੋਕ ਤਾਂ ਆਪਾਂ ਟੈਂਪਰ ਦਿੰਦੇ ਹਾਂ, ਜ਼ਿਆਦਾ ਟੈਂਪਰ ਹੋ ਜਾਵੇ ਟੁੱਟ ਜਾਂਦੀ, ਇਹੋ ਜਿਹਾ ਟੈਂਪਰ ਸੰਘ ਦੇ ਵਿੱਚ ਹੁੰਦਾ ਕਿ ਸਮਾਜ ਦੀ ਸੇਵਾ ਕਰਨ ਵਾਸਤੇ ਉਹ ਕਾਰਜਕਰਤਾ ਸਕ੍ਰਿਯ ਰਹਿੰਦਾ, ਹਰ ਵਕਤ ਸੇਵਾ ਦੀ ਭਾਵਨਾ ਨੂੰ ਮਿਲਦੀ ਹੈ ਕਿ ਮੈਂ ਸਮਾਜ ਦੀ ਕੋਈ ਨਾ ਕੋਈ ਸੇਵਾ ਕਰਨੀ, ਉਹਨਾਂ ਦੇ ਘਰ ਪਤੀ ਸੰਦੇਸ਼ ਖਰਾਬ ਹੁੰਦੇ ਸਦੇ ਆਉਂਦੇ ਜਾਈਏ ਬੁਲਦੇ ਸੀ ਕਿ 100 ਰੁਪਏ ਦੇ ਦਿਓ, ਲੋ ਇੱਕ ਮਿੰਟ ਤੋਂ ਬਾਅਦ ਦਿਓ, ਨਾਲੇ ਚਾਹ ਪਿਆਣੀ ਨਾਲ 100 ਰੁਪਏ ਦੇ ਦਿਓ, ਸਾਲ ਦਾ 100 ਰੁਪਏ ਦੇ ਦਿੰਦਾ, ਇਹੋ ਜਿਹੀ ਸੇਵਾ ਮੈਨੂੰ ਤਾਂ ਬੜਾ ਸ਼ੌਕ ਹੋ ਗਿਆ, ਮੇਰੇ ਜੀਵਨ ਸਾਥੀ ਸਾਡੇ ਘੁੰਮਦੇ ਕਰਦੇ ਸ਼ਾਗਤ ਆਉਂਦੇ ਰੂਟ ਮਾਰਨ ਦੀ ਪ੍ਰੇਰ ਕਰਦੇ, ਫੋਟੋ ਬਿਲਕੁਲ ਲਾਠੀ ਲੈ ਕੇ ਹੱਸੋ ਹੱਸੋ ਕਾਰਜਕਰਤਾ, ਇਹੋ ਜਿਹੇ ਕਾਰਜਕਰਤਾ ਜਿਹੜੇ ਹੈ ਦੇਸ਼ ਦੇ ਸਮਾਜ ਵਾਸਤੇ, ਜਿਹੜਾ ਅੱਜ ਉਹਨਾਂ ਦਾ ਚਲੇ ਜਾਣਾ ਸਮਾਜ ਨੂੰ ਬਹੁਤ ਵੱਡਾ ਘਾਟਾ ਹੈ, ਬੱਚਿਆਂ ਨੂੰ ਇਹ ਆਸ਼ੀਰਵਾਦ ਹੈ ਕਿ ਸਮਾਜ ਦੇ ਕੰਮ ਦੇ ਵਾਸਤੇ ਕੋਈ ਨਾ ਕੋਈ ਕਰਨ ਦਾ ਵਜੇ ਤੋੜ ਕੇ ਸੰਕਲਪ ਕਰਨ, ਅਸੀਂ ਪਿਤਾ ਜੀ ਦੇ ਪਦ ਚਿੰਨ੍ਹ ਤੇ ਚੜ੍ਹਨਾ ਹੈ, ਇਹ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤਿ ਧੰਨ ਵਾਲਾ ਹੈ ਜਿਹਨਾਂ ਨੇ ਸਰਦਾਰ ਬਲਦੇਵ ਸਿੰਘ ਦੀ ਵਿਸ਼ਵੀ ਰੂਪ ਵਾਸਤੇ ਅਰਦਾਸਾਂ ਕੀਤੀਆਂ ਹਨ ਕਿ ਪਰਮਾਤਮਾ ਮਹਾਰਾਜ ਮਿਹਰ ਕਰੇ ਉਸ ਰੂਪ 'ਤੇ ਕਿ ਉਸ ਰੂਪ ਨੂੰ ਆਪਣੇ ਚਰਨਾਂ 'ਚ ਨਿਵਾਸ ਖੁਸ਼ ਕਰੇ। ਆਪਾਂ ਸਾਰਿਆਂ ਨੇ ਇਹ ਅਰਦਾਸਾਂ ਕਰਕੇ ਜਾਣੀਆਂ, ਸਮਰ ਸਾਹਾ ਲਿਖਿਆ ਮਿਲ ਕਰ ਪਾਓ ਤੇਲ ਦੋ ਸੱਜਣ ਸਿਸ਼ਣੀਆਂ ਜੋ ਹੋਇਆ ਸਹਿਬ ਸੁਦੇਲ ਬੈਂਸ ਪਰਿਵਾਰ ਵੱਲੋਂ ਸਾਰੀ ਸੰਗਤਾਂ ਦਾ ਧੰਨਵਾਦ। ਮਹਿੰਦਰ ਸਿੰਘ ਜੀ ਬਰਾਜਰ ਤੋਂ ਪਹੁੰਚੇ ਹਨ, ਉਹ ਵੀ ਸ਼ਰਧਾ ਦੇ ਫੁੱਲ ਭੇਟ ਕਰਨਗੇ, ਹੋਰ ਕਿਸੇ ਜ਼ਿੰਦਗੀ 'ਤੇ ਬੋਲਣਾ ਹੋਵੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਮੇਰੇ ਬੜੇ ਵੀਰ ਦੇ ਦੋਸਤ ਸਰਦਾਰ ਬਲਦੇਵ ਸਿੰਘ ਜੀ, ਜੋ ਕਿ ਮਹਾਂਪੁਰ ਦੀ ਯਾਤਰਾ ਕਰਦੇ ਹੋਏ ਅਕਾਲ ਚਲਾਣਾ ਕਰਦੇ ਹਨ, ਉਹਨਾਂ ਦੇ ਸਾਰੇ ਪਰਿਵਾਰ ਨੇ ਸਾਥ ਸਰਬੀਆਂ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਾਠ ਖੰਡ ਆਪ ਤੋਂ ਆਏ ਹਨ, ਸਤਿਗੁਰੂ ਭੋਗ ਪਾਏ ਗਏ ਹਨ। ਸਤਸੰਗਤ ਜੀ ਮਨਾਂ ਜਿਹੜਾ ਹੈ ਉਹਦੇ ਸੰਬੰਧ ਦੇ ਸੰਗਤ ਇਸ ਮਹਾਂਪੁਰ ਦੀ ਯਾਤਰਾ 'ਤੇ ਚਲੇ ਜਾਣਾ ਹੈ, ਕਿਉਂਕਿ ਜਿਹਨਾਂ ਨੇ ਸ੍ਰਿਸ਼ਟੀ ਬਣਾਈ ਹੈ, ਵਿਸ਼ਨੂੰ ਵਰਗੇ ਚਲੇ ਗਏ, ਸ਼ੰਕਰ ਜੀ ਵੀ ਇਸ ਸੰਸਾਰ ਤੋਂ ਚਲੇ ਗਏ, ਪਰ ਇਸ ਸੰਸਾਰ ਦੇ ਵਿੱਚੋਂ ਅਸੀਂ ਲੈ ਕੇ ਕੀ ਕੁਛ ਕਰਨਾ, ਅਸੀਂ ਕੋਈ ਮਾਇਆ ਨਹੀਂ ਲੈ ਕੇ ਜਾਣੀ, ਕੋਈ ਧਾਰ ਦੌਲਤ ਨਹੀਂ ਲੈ ਕੇ ਜਾਣੇ, ਕੋਈ ਪੈਸੇ ਨਹੀਂ ਲੈ ਕੇ ਜਾਣੇ, ਤਾਂ ਕੋਠੀਆਂ ਨਹੀਂ ਲੈ ਕੇ ਜਾਣੀਆਂ, ਆਹ ਜਿਹੜੀ ਸੋਭਾ ਹੈ ਨਾ, ਸੋਭਾ ਇਨਸਾਨ ਦੇ ਚਾਹੇ ਚੰਗੀ ਹੋਵੇ ਚਾਹੇ ਮਾੜੀ ਹੋਵੇ, ਇਹ ਅਸੀਂ ਲੈ ਕੇ ਜਾਣੀ ਹੈ। ਜੇ ਇਨਸਾਨ ਦੀ
ਐਵੇਂ ਪੰਡਾਲ ਦੇ ਵਿੱਚ ਐਨੀ ਸ਼ਕਤ ਵਿਸ਼ਵ ਆਉਂਦੀ ਹੈ, ਕਿਉਂਕਿ ਵਾਕਿਆ ਗੱਲ ਸੀ ਕਿ ਦਸਾਂ ਜਵਾਨੀ ਗਿਰਤ ਕਰਦੇ ਸਨ, ਕਿਸੇ ਦਾ ਬਠਾਕੀ ਥੋੜੀ ਨਹੀਂ। ਜਿਹੜੇ ਕਿਹਾ ਇੱਕ ਡੱਬੀ ਦੇ ਵਿੱਚ ਨਾ ਚਿੱਟੇ ਰੰਗ ਦਾ ਰੁਮਾਲ ਪਾ ਕੇ ਰੱਖਿਆ ਹੋਵੇ ਨਾ, ਉਹਨੂੰ ਨੇਕੀ ਦਾ ਪਿੰਡ ਬਾਹਰ ਕਰਨ ਲੱਗ ਗਿਆ। ਇਹੋ ਜਿਹਾ ਸਰਦਾਰ ਬਲਦੇਵ ਸਿੰਘ ਜੀ ਦਾ ਇਹ ਜੀਵਨ ਸੀ। ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਉਹ ਉਦਾਰ ਨਹੀਂ ਸੀ। ਜੇਕਰ ਕਿਸੇ ਦਾ ਕੰਮ ਹੋ ਸਕਦਾ ਸੀ ਤੇ ਕਰਾਉਂਦੇ ਸਨ। ਅਗਰ ਕਿਸੇ ਕੋਲ ਮੁੱਲੋਂ ਲੈ ਦੇਣੇ ਕਿ ਕਿਸੇ ਕੋਲ ਚਾਰ ਕਾਪੀ ਛੱਡ ਗਿਆ ਹੋਵੇ, ਸਭ ਸਕਦੇ ਜੀ ਇਹ ਸੋਭਾ ਇਨਸਾਨ ਦੀ ਜਾਰੀ ਹੈ ਹਰ ਪਾਸੇ, ਕਿਉਂਕਿ ਮਾਲਾ ਜਿਹੜਾ ਹੈ ਨਾ ਉਹ ਤਾਂ ਹਰ ਹਾਲਤ ਹਰ ਬੰਦੇ ਦੇ ਮਨ ਲਈ ਦੁਨੀਆਂ ਦਾ ਸਾਹਮਣੇ ਛੱਡੇ ਜਾਣਾ। ਇੱਕ ਰਾਜਾ ਸੀ, ਉਹ ਬਹੁਤ ਵਿਦਵਾਨ ਰਾਜਾ ਸੀਗਾ ਤੇ ਇੱਕੋ ਦਾ ਬੇਟਾ ਸੀ, ਉਹ ਬਹੁਤ ਬਿਮਾਰ ਹੋ ਗਿਆ ਸਭ ਸਕਦੇ ਜੀ, ਪਰ ਬੜੇ ਡਾਕਟਰ ਸਾਡੇ ਵਿਦਵਾਨ ਸਾਡੇ ਪਰ ਉਹ ਠੀਕ ਨਾ ਹੋਇਆ। ਤੇ ਸਭ ਸਕਦੇ ਜੀ ਪਹਿਲੇ ਦਾ ਦੋ ਵੈਦ ਹੋਏ ਸੀ ਸਾਡੀ ਸੰਸਾਰ ਦੇ, ਦੋ ਵੈਦ ਹੁੰਦੇ ਸੀ, ਇੱਕ ਦਾ ਨਾਮ ਲਖਵੈਦ ਸੀ ਤੇ ਇੱਕ ਦਾ ਨਾਮ ਧੰਤ ਵੈਦ ਸੀ। ਲਖਵੈਦ ਨੂੰ ਸੱਦ ਕੇ ਲਿਆਂਦਾ, ਕਹਿਣ ਲੱਗੇ ਵੀ ਰਾਜੇ ਦਾ ਬੇਟਾ ਦਾ ਬਿਮਾਰ ਹੋ ਗਿਆ ਹੈ, ਵੀ ਜੇ ਤੁਸੀਂ ਇਹਦਾ ਇਲਾਜ ਕਰ ਦਿਓ ਠੀਕ ਕਰ ਦਿਓ ਨਾ ਤੇ ਮੂੰਹ ਨੂੰ ਮੰਗੇ ਤੁਹਾਨੂੰ ਇਨਾਮ ਦੇਵਾਂਗਾ। ਦਸ ਸਕਦੇ ਜੀ ਉਹ ਵੈਦ ਲਖਵੈਦ ਵੈਦ ਕਹਿਣ ਲੱਗਾ ਜੀ ਮੈਂ ਇਹਦਾ ਇਲਾਜ ਕਰਾਂਗਾ, ਇਹ ਬੱਚਾ ਠੀਕ ਹੋ ਜਾਏਗਾ। ਤੇ ਜੇ ਬਾਈ ਚਾਂਸ ਠੀਕ ਨਾ ਹੋਇਆ ਤੇ ਮੈਂ ਜਿਹੜੀਆਂ ਕਿਤਾਬਾਂ ਨੇ ਤਾਂ ਦਵਾਈਆਂ ਦਾ ਹਿਕਮ ਦੀ ਗਿਆ, ਇਹ ਮੈਂ ਜਾ ਕੇ ਸਮੁੰਦਰ ਦੇ ਵਿੱਚ ਰੋੜਾਂਗਾ, ਕਿਸੇ ਦੇ ਕੰਮ ਨਹੀਂ ਆਉਣਗੀਆਂ। ਸਾਹ ਸਕਦੇ ਜੀ ਉਹ ਬੜਾ ਮਾਨਸੀ ਵਾਕਿਆ ਦਾ ਠੀਕ ਹੈ, ਉਹ ਇਨਸਾਨ ਦੇ ਵਿੱਚ ਨਾ ਮਨ ਦੇ ਸਵਾਸ ਹੋਣੇ ਚਾਹੀਦੇ ਨੇ, ਤੇ ਜਿਵੇਂ ਉਹ ਲੁਕ ਵੈਦ ਇਲਾਜ ਕਰਦਾ ਇਹ ਬੰਦਾ ਠੀਕ ਹੋ ਜਾਂਦਾ ਸੀ, ਉਹਨੂੰ ਬੜਾ ਮਾਨਸੀ। ਜਦੋਂ ਸਾਹ ਸਕਦੇ ਜੀ ਉਹਨੇ ਪੂਰੀਆਂ ਦਿਨ ਬਣਾ ਕੇ ਦਵਾਈ ਦੇ ਉਹ ਰਾਜੇ ਦੇ ਬੇਟੇ ਨੂੰ ਦਿੱਤੀਆਂ, ਪਰ ਰਾਜੇ ਦਾ ਬੇਟਾ ਬਚ ਨਾ ਸਕਿਆ, ਉਹ ਸ਼ਹੀਦੀ ਪਾ ਗਿਆ, ਚੜ੍ਹਾਈ ਕਰ ਗਿਆ ਸਭ ਸਕਦੇ ਜੀ। ਔਰ ਰਾਜਾ ਵੀ ਬੜਾ ਹੈਰਾਨ ਰਹਿ ਗਿਆ, ਕਹਿੰਦੇ ਤੁਹਾਡਾ ਨਾਂ ਬਹੁਤ ਚੱਲਦਾ, ਤੁਸੀਂ ਵੈਦ ਬਹੁਤ ਕਰਦੇ ਹੋ, ਪਰ ਮੇਰਾ ਬੇਟਾ ਫਿਰ ਵੀ ਮਰ ਗਿਆ। ਉਹ ਕਹਿਣ ਲੱਗੇ ਵੀ ਅੱਜ ਤੋਂ ਲੱਗ ਕੇ ਮੈਂ ਦਵਾਈਆਂ ਵੀ ਦੇਣੀਆਂ ਬੰਦ ਕਰ ਦੇਣੀਆਂ ਨੇ, ਤੇ ਜਿਹੜੀਆਂ ਮੇਰੀਆਂ ਕਿਤਾਬਾਂ ਨੇ ਮੈਂ ਸਮੁੰਦਰ ਦੇ ਰੋੜ ਮਾਰਦੇ ਛੱਡਿਆ। ਸਾਹ ਸਕਦੇ ਜੀ ਘੋੜੇ ਦੇ ਉੱਤੇ ਉਹ ਕਿਤਾਬਾਂ ਲੱਭ ਲਈਆਂ ਤੇ ਆਮ ਨਾਲ ਪੈਦਲ ਤੁਰਦਿਆ, ਤੇ ਸਾਹ ਸਕਦੇ ਜੀ ਰਸਤੇ ਦੇ ਤਾਂ ਮੌਤ ਲੱਗ ਗਈ, ਮੌਤ ਮੌਤ ਜਿਹੜੀ ਸੀ ਲੱਗੀ, ਬੜਾ ਬਖਲਾ ਰੂਪ ਧਾਰਨ ਕਰਕੇ ਤੇ ਮੌਤ ਅੱਗੇ ਖਲੋਤੀ ਹੋਈ। ਉਹ ਲਖਵੈਦ ਜਿਹੜਾ ਵੈਦ ਸੀ ਉਹ ਦੇਖ ਕੇ ਬੜਾ ਹੈਰਾਨ ਰਹਿ ਗਿਆ, ਕਹਿਣ ਲੱਗਾ ਵੀ ਮੈਨੂੰ ਨਾ ਮਾਨਸ਼ ਨਹੀਂ ਤੇਰੇ ਜਾਣ ਕੇ ਦਰਸ਼ਨ ਦਿਓ ਵੀ ਤੁਸੀਂ ਹੈ ਕੌਣ। ਉਹ ਮਾਨਸ਼ ਦੇ ਜਿਹੜੇ ਜਾਣ ਕੇ ਕਹਿਣ ਲੱਗੀ ਮੈਂ ਮੌਤ ਆ, ਮੈਂ ਮੌਤ ਆ। ਤੂੰ ਕਹਿੰਦਾ ਸੀ ਰਾਜੇ ਦਾ ਲੜਕਾ ਠੀਕ ਹੋ ਜਾਏਗਾ, ਤੂੰ ਤਿੰਨ ਪੁੜੀਆਂ ਬਣਾਈਆਂ ਦਿੱਤੀਆਂ ਨੇ, ਤੂੰ ਦਿੱਤੀਆਂ ਜ਼ਰੂਰ ਨੇ, ਪਰ ਗਲੇ ਦੇ ਵਿੱਚ ਮੈਂ ਬੈਠੀ ਹੋਈ ਸਾਂ, ਮੈਂ ਮੌਤ ਬੈਠੀ ਹੋਈ ਸਾਂ, ਮੈਂ ਗਲੇ ਤੋਂ ਥੱਲੇ ਉੱਤੋਂ ਦਿੱਤਾ ਨਹੀਂ ਦਵਾਈ ਨੂੰ। ਜੇ ਦਵਾਈ ਪੇਟ ਦੇ ਵਿੱਚ ਜਾਂਦੀ ਗਲੇ ਦੇ ਥੱਲੇ ਉੱਤਰਦੀ ਤਾਂ ਮੈਂ ਬਚ ਜਾਣਾ ਸੀ, ਪਰ ਗਲੇ ਵਿੱਚ ਮੈਂ ਮੌਤ ਬੈਠੀ ਹੋਈ ਸਾਂ। ਸਾਹ ਸਕਦੇ ਜੀ ਜਿੰਨਾ ਮਰਜ਼ੀ ਵੀ ਅਸੀਂ ਇਹਦਾ ਇਲਾਜ ਕਰ ਲਈਏ, ਜੇ ਜਦੋਂ ਤਿੰਨ ਗੱਲਾਂ ਇਨਸਾਨ ਦੇ ਉੱਤੇ ਹੁੰਦੀਆਂ ਨੇ, ਗੱਲਾਂ ਮੇਰੇ ਛੇ ਹੁੰਦੀਆਂ, ਇੱਕ ਬੰਦੇ ਨੂੰ ਜਮਨ ਮਨ ਦਾ ਪਤਾ ਨਹੀਂ ਕਿ ਮੈਂ ਜੰਮਣਾ ਕਿੱਥੇ ਹੈ ਅਤੇ ਮੈਂ ਮਰਨਾ ਕਿੱਥੇ ਹੈ, ਇੱਕ ਬੰਦੇ ਨੂੰ ਇਹ ਪਤਾ ਨਹੀਂ ਕਿ ਮੇਰਾ ਸੰਜੋਗ ਕਦੋਂ ਹੋਣਾ ਅਤੇ ਵਿਯੋਗ ਕਦੋਂ ਗੁਜ਼ਰਨਾ, ਟੁੱਟ ਜਾਣਾ। ਇੱਕ ਬੰਦੇ ਨੂੰ ਚੰਗਿਆਈ ਬੁਰਾਈ ਦਾ ਪਤਾ ਨਹੀਂ। ਸਾਹ ਸਕਦੇ ਜੀ ਅੱਜ ਸਰਦਾਰ ਬਲਦੇਵ ਸਿੰਘ ਜੀ ਜੋ ਕਿ ਮਾਧੋ ਦੀ ਯਾਤਰਾ ਕਰਦੇ ਹੋਏ ਕਾਲ ਚਲਾਣ ਕਰ ਗਏ ਨੇ, ਅੱਜ ਜੇ ਅਸੀਂ ਪੁੱਛੀਏ ਨਾ ਉਹਨਾਂ ਦੇ ਭਾਈਆਂ ਦੇ ਕੋਲੋਂ, ਅੱਜ ਉਹਨਾਂ ਦੇ ਭਾਈਆਂ ਪੁੱਛੀਏ ਜਿਹਨਾਂ ਦਾ ਲੀਡਰ ਆਪ ਉੱਧਰ ਚਲਾ ਗਿਆ, ਉਹਨਾਂ ਦੇ ਦਿਲ ਦੇ ਕੀ ਬੇਨਤੀ, ਅੱਜ ਜੇ ਉਹਦੇ ਭੈਣਾਂ ਕੋਲੋਂ ਪੁੱਛੀਏ ਤੇ ਉਹਨਾਂ ਦੇ ਦਿਲ ਦੇ ਕੀ ਬੇਨਤੀ ਹੈ। ਤੇ ਸਾਹ ਸਕਦੇ ਜੀ ਟਾਈਮ ਬਹੁਤ ਥੋੜ੍ਹਾ, ਕਿਉਂਕਿ ਸ਼ਰਧਾ ਦੇ ਫੋਨ ਭੇਟ ਕਰਨ ਵਾਸਤੇ ਬਹੁਤ ਸ਼ਰਧਾ ਆਈਆਂ ਨੇ, ਮੈਂ ਇਹਨਾਂ ਨੂੰ ਬੇਨਤੀ ਕਰਦਾ ਹੋਇਆ ਕੇਵਲ ਅਜਾਜਕਾ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ। ਉਹ ਵਿਸ਼ਵੀ ਰੂਹ ਦੇ ਨਿਰ ਅਰਦਾਸਾਂ ਬੇਨਤੀਆਂ ਕੀਤੀਆਂ ਹਨ, ਮੈਂ ਬੇਨਤੀ ਕਰਦਾ ਗੁਰੂ ਦਾ ਲੰਗਰ ਤਿਆਰ ਹੈ, ਕੋਈ ਵੀ ਰਸਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।